ਦਿੱਲੀ ਦੇ ਬਹੁਤ ਚਰਚਿਤ ਜੈਸਕਾ ਲਾਲ ਕਤਲकांड ਦੇ ਦੋਸ਼ੀ ਮਨੂ ਸ਼ਰਮਾ ਦੀ ਰਿਹਾਈ ਦਾ ਰਾਹ ਸਾਫ਼ ਹੋ ਗਿਆ ਹੈ 1999 ਵਿੱਚ ਹੋਏ ਇਸ ਕਤਲकांड 'ਚ ਦਿੱਲੀ ਦੇ ਉਪ ਰਾਜਪਾਲ ਨੇ ਮਨੂ ਦੇ ਪਰਿਵਾਰ ਦੀ ਸਪਾਰਸ਼ ਮੰਨ ਲਈ ਹੈ ਜੈਸਕਾ ਦੇ ਕਤਲ ਮਾਮਲੇ ਦੀ ਪੈਰਵਾਈ ਕਰ ਰਹੀ ਉਸ ਦੀ ਭੈਣ ਨੇ ਵੀ ਐਨਓਸੀ ਦੇ ਦਿੱਤੀ ਹੈ ਫਿਲਹਾਲ ਮਨੂ ਸ਼ਰਮਾ ਪੈਰੋਲ ਤੇ ਜੇਲ੍ਹ ਤੋਂ ਬਾਹਰ ਹੈ ਪਰ ਸਜ਼ਾ ਦੌਰਾਨ ਉਸ ਦੇ ਚੰਗੇ ਵਿਵਹਾਰ ਕਰਕੇ ਉਸ ਨੂੰ ਛੱਡਿਆ ਜਾ ਰਿਹਾ ਹੈ ਮਨੂ ਸ਼ਰਮਾ ਵੱਲੋਂ 6 ਵਾਰ ਰਿਵਿਊ ਬੋਰਡ ਸਾਹਮਣੇ ਰਿਹਾਈ ਵਾਸਤੇ ਅਪੀਲ ਕੀਤੀ ਗਈ ਸੀ। ਸਾਲ 2006 ਚ ਦਿੱਲੀ ਹਾਈ ਕੋਰਟ ਨੇ ਮਨੂ ਸ਼ਰਮਾ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।